ਅਮਰੀਕਾ ਨੇ 52 ਮਿਲੀਅਨ ਡਾਲਰ ਦੀ ਪੰਡੂਬੀ ਰੋਧਕ ਜੰਗੀ ਸਾਜ਼ੋ-ਸਮਾਨ ਭਾਰਤ ਨੂੰ ਵੇਚਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸੀਹੌਕ ਹੈਲੀਕਾਪਟਰ ਤੋਂ ਦਾਗੇ ਜਾਣ ਵਾਲੀ ਪੰਡੂਬੀ ਰੋਧਕ ਪ੍ਰਣਾਲੀ ਸੋਨੋਬੋਇਜ਼ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਇਸ ਸਮਝੌਤੇ ਨੂੰ ਰਸਮੀ ਤੌਰ ਤੇ ਪ੍ਰਮਾਣਿਤ ਕੀਤਾ। ਬਾਈਡਨ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਸੌਦਾ ਦੋਵੱਲੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪ੍ਰਮੁੱਖ ਰੱਖਿਆ ਭਾਈਵਾਲ ਭਾਰਤ ਦੀ ਸੁਰੱਖਿਆ ਦੀ ਬਿਹਤਰੀ ਵਿੱਚ ਮਦਦ ਕਰਨ ਦਾ ਪੂਰਕ ثابت ہوئے گا